ਸਾਧ ਸ੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਐਸਬੀਆਈ ਨੇ ਲਿਆਂਦੀ ਨਵੀਂ ਯੋਜਨਾ ਲੱਖਾਂ ਲੋਕ ਲੈ ਰਹੇ ਨੇ ਫਾਇਦਾ ਲੋਕਾਂ 'ਚ ਸ਼ਾਈ ਖੁਸ਼ੀ ਦੀ ਲਹਿਰ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਹੈ ਉੱਥੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹਾਂ ਪਾਰਟੀ ਸਟੇਟ ਨੇ ਜਨਤਨ ਖਾਤਾਧਾਰਕਾਂ ਲਈ ਚੰਗੀ ਖਬਰ ਹੈ ਕਿਉਂਕਿ ਬੈਂਕ 2 ਲੱਖ ਰੁਪਏ ਦਾ ਲਾਭ ਦੇ ਰਿਹਾ ਹੈ SBI ਵੱਲੋਂ ਲਾਨੀ ਨਵੀਂ ਯੋਜਨਾ ਅਨੁਸਾਰ ਜਨਤਨ ਯੋਜਨਾ ਦੇ ਗਾਕਣ 2 ਲੱਖ ਰੁਪਏ ਦਾ ਦੁਕਾਟਨਾ ਬੀਮਾ ਕਵਰ ਮਿਲੇਗਾ ਪਰ ਦਾਨ ਮੰਤਰੀ ਜਨਤਨ ਯੋਜਨਾ ਸ਼ਹਿਰੀ ਤੇ ਗ੍ਰਾਮਿੰਗ ਪਰਵਾਰਾਂ ਦੀ ਕਵਰੇਜ ਤੇ ਕੇਂਦ੍ਰਿਤ ਹੈ SBI ਦੀ ਘੱਟ ਟਵਿੱਟਰ ਹੈਂਡਲ ਤੇ ਸਾਰੇ SBI ਰੁਪਏ ਜਨਾ ਤਨਕਾਰਡ ਗਾ ਕਾਲੀ ਇੱਕ ਨਵੀਂ ਯੋਜਨਾ ਦਾ ਐਲਾਨ ਕਰ ਚੁੱਕਿਆ ਐ SBI ਨੇ ਟਵੀਟ ਕੀਤਾ ਹੈ ਕਿ ਖੁਦ ਨੂੰ ਸਵਲਤਾ ਦੀ ਰਾਤ ਤੇ ਲਿਓਨਾ ਦਾ ਸਮਾ ਹੈ SBI ਰੁਪਏ ਜਨਤਨ ਕਾਟ ਲਈ ਅੱਜ ਹੀ ਅਪਲਾਈ ਕਰੋ ਜਨਤਨ ਖਾਤਾ ਖੋਲਣ ਨਾਲ ਮਿਲੇਗਾ ਇਹ ਫਾਇਦਾ ਖਾਤਾਧਾਰਕਾਂ ਨੂੰ ਮਿਲੇਗੀ ਮੁਫਤ ਮੋਬਾਈਲ ਬੈਂਕਿੰਗ ਸਹੂਲਤ ਸਰਕਾਰੀ ਯੋਜਨਾ ਸਿੱਧੇ ਖਾਤੇ ਚ ਆਉਂਦੀਆਂ ਨੇ 30000 ਰੁਪਏ ਤੱਕ ਦਾ ਲਾਈਫ ਕਵਰ 2 ਲੱਖ ਰੁਪਏ ਤੱਕ ਦਾ ਦੁਰਘਟਨਾ ਕਵਰ ਬੀਮਾ ਜਨਤਕ ਖਾਤਾ ਖੁਲਵਾਉਣ ਦੇ 6 ਮਹੀਨੇ ਬਾਅਦ ਗਾਹਕਾਂ ਨੂੰ ਵਿਦੇਸ਼ ਵਿੱਚ ਸੁਵਿਧਾ ਮਿਲਦੀ ਹੈ ਰੁਪਏ ਡੈਬਿਟ ਕਾਰਡ ਪੈਸੇ ਕਢਵਾਉਣ ਦੀ ਖਰੀਦਦਾਰੀ ਦੀ ਕਰਨ ਲਈ ਜਾਰੀ ਕੀਤਾ ਗਿਆ ਦੇਸ਼ ਵਿੱਚ ਆਸਾਨੀ ਨਾਲ ਪੈਸਾ ਟ੍ਰਾਂਸਫਰ ਕਰੋ ਸ਼੍ਰਮ ਯੋਗੀ ਮਾਨਧਨ ਤੇ ਪੀਐਮ ਕਿਸਾਨ ਯੋਜਨਾ ਤਹਿਤ ਗਾਹਕਾਂ ਦੀ ਪੈਨਸ਼ਨ ਖਾਤੇ ਤੇ ਖੁੱਲ ਸਕਦੇ ਨੇ ਗਾਹਕ ਆਸਾਨੀ ਨਾਲ ਬੀਮਾ ਪ੍ਰਾਪਤ ਕਰ ਸਕਦੇ ਨੇ ਖਬਰੋਂ ਲਾਸ ਦੇਖਣ ਲਈ ਤੁਹਾਡਾ ਬਹੁਤ ਬਹੁਤ